ਬੱਚਿਆਂ ਦਾ ਸੋਚਣਾ ਚਾਹੀਦਾ, ਇਹਦੇ ਦਾਦੀ ਦਾਦਾ ਵਾ ਕੀ ਪਤਾ ਕਿਹੜੇ ਵੇਲੇ ਸਾਡਾ ਵੀ ਸਾਨੂੰ ਚੰਗੇ ਪੜ੍ਹਾਉਣ ਦਾ ਪਤਾ ਨਹੀਂ, ਅਤੇ ਉਹਨਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਹੈਗਾ। ਕਿੰਨੇ ਬੱਚੇ ਨੇ? ਦੋ ਗੁੱਡੀਆਂ ਦੇ, ਇੱਕ ਕਾਕਾ ਗੁੱਡੀ, ਇੱਕ ਵਿਆਹੀ। ਕੀ ਕਰਦਾ ਸੀ ਸਰ? ਕੰਮ ਸਰ ਆ ਇਸ ਤਰ੍ਹਾਂ ਦਿਹਾੜੀ ਦੱਬਾ ਹੀ ਕਰਦਾ, ਕਿਤੇ ਮੰਜੇ ਮੁੰਜੇ ਬਣਾ ਲੈਂਦਾ, ਕਿਤੇ ਰੇੜੀ ਰੋੜੀ ਲਾ ਲੈਂਦਾ, ਜਦੋਂ ਕਿਤੇ ਘਰ ਲਾਉਂਦਾ ਸੀ ਅਤੇ ਉਹਦੀ ਉਹ ਹੀ ਪੀ ਲੈਂਦਾ ਸੀ, ਉਹਦੇ ਮਾੜਾ ਮੋਟਾ ਨਿਆਣਾ ਨੂੰ ਖਰਚਾ ਪੈਂਦਾ। ਹਾਲਾਤ ਉਹਦਾ ਪਹਿਲਾਂ ਤਾਂ ਬਾਹਰ ਗਿਆ ਸੀ, ਬਾਹਰੋਂ ਆਇਆ ਇਹ, ਆਉਣ ਕੇ ਤਾਂ ਲੰਮੇ ਪੈ ਗਏ, ਮੁੜ ਕੇ ਬਾਥਰੂਮ ਕਰਕੇ ਫਿਰ ਜਾ ਕੇ ਲੰਮੇ ਪੈ ਗਏ। ਅਸੀਂ ਆਖਿਆ ਪਤਾ ਨਹੀਂ ਕੀ ਹੋਣ ਡਿਆ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਹੁੰਦਾ, ਤਾਂ ਕਹਿੰਦਾ ਕੁਛ ਨਹੀਂ ਝਾਈ, ਮੈਂ ਤੂੰ ਸ਼ਰਾਬ ਪੀ ਕੇ ਆਇਆ ਕਿਤੋਂ? ਕਹਿੰਦਾ ਨਹੀਂ, ਅਸੀਂ ਲੰਮੇ ਪੈ ਗਏ। ਅਤੇ ਮੁੜ ਕੇ ਪਤਾ ਨਹੀਂ 12 ਵਜੇ ਨਾਲ ਮੁੜ ਕੇ ਨਿੱਕੀ ਕੁੜੀ ਨੂੰ ਆਵਾਜ਼ ਮਾਰੀ ਹੈ, ਹੁਣ ਕਹਿੰਦਾ ਪਾਣੀ ਦਿਓ, ਪਾਣੀ ਦੇਣ ਗਈ ਆ ਅਤੇ ਉਹ ਆਕੜਿਆ ਦਾ ਪਿਆ। ਕੀ ਜਾਂਦੇ ਹੋ? ਅਸੀਂ ਬੱਚਿਆਂ ਦਾ ਸੋਚਣਾ ਚਾਹੁੰਦੇ ਹਾਂ ਵੀ ਬੱਚੇ ਕੋਈ ਸਾਂਭਣ ਵਾਲਾ ਨਹੀਂ ਹੈਗਾ, ਅਤੇ ਉਹਨਾਂ ਦੀ ਸਹੂਲਤ ਚਾਹੀਦੀ ਬੱਚੇ। ਇਨਸਾਫ ਚਾਹੀਦਾ, ਜੋ ਬੱਚੇ ਦੱਸਦਾ ਜਿੱਦਾਂ ਉਹਨਾਂ ਦੀ ਡੈਥ ਹੋਈ ਹੈ ਉਹ ਦੱਸੇ। ਕੀ ਆਸ਼ਵਾਸਨ ਕੀ ਦਿੱਤਾ ਗਿਆ ਤੁਹਾਨੂੰ ਅਧਿਕਾਰੀਆਂ? ਕੁਝ ਉਹਨਾਂ ਨੇ ਕਿਹਾ ਵੀ ਕੀ ਹੋਇਆ ਸੀ ਕੀ ਨਹੀਂ, ਅਤੇ ਮੈਂ ਇੰਨਾ ਸ਼ਰਾਬ ਪੀਤੀ ਹੈ, ਰਾਤੀ ਬੜੀ ਸੁਣੀ ਖਾ ਪੀ ਕੇ ਸੁੱਤਿਆ, ਸਵੇਰੇ 5 ਵਜੇ ਮੈਂ ਉੱਠੀ ਹਾਂ, ਮੈਂ ਉੱਠਿਆ ਨਹੀਂ ਹੈਗਾ, 5:30 ਵਜੇ ਨਾ ਧੋ ਕੇ ਤਿਆਰ ਹੋ ਜਾਂਦਾ, ਅਤੇ ਮੈਂ ਠਾਲਣ ਗਈ ਹਾਂ, ਮੈਂ ਉੱਠਿਆ ਨਹੀਂ ਹੈਗਾ, ਅਤੇ ਬਾਅਦ ਵਿੱਚ ਉੱਠ ਕੇ ਮੈਂ ਬਾਥਰੂਮ ਕਰਕੇ ਗਿਆ, 2 ਵਾਰੀ ਬਾਥਰੂਮ ਕੀਤਾ ਹੈਗਾ, 6:30 ਵਜੇ ਮੈਂ ਫਿਰ ਠਹਿਰ ਜਾਗਾ, ਮੈਂ ਤੂੰ ਕੰਮ 'ਤੇ ਨਹੀਂ ਜਾਣਾ ਹੈਗਾ ਅੱਜ, ਕਹਿੰਦਾ ਨਹੀਂ ਅੱਜ ਮੇਰਾ ਦਿਲ ਨਹੀਂ ਕਰਦਾ ਪਿਆ। ਇਸੇ ਤਰ੍ਹਾਂ ਕਦੀ ਅੱਧਾ ਕਦੀ ਬਾਹਰ ਜਿੱਦਾਂ ਕੋਈ ਤੜਪ ਨਹੀਂ ਲੱਗੀ ਰਹਿੰਦੀ, ਬਸ ਮੈਂ ਡਾਕਟਰ ਜ਼ਿਆਦਾ ਫਿਰਦੀ ਰਹੀ ਹਾਂ, ਕਦੇ ਕਹਿੰਦਾ ਜਾ, ਕਦੇ ਕਹਿੰਦਾ ਨਹੀਂ, ਕੋਈ ਡਾਕਟਰ ਨਹੀਂ ਆਇਆ, ਕਹਿੰਦੇ ਸੀ ਉਹ ਤੂੰ ਲੈ ਜਾਓ, ਘਰ ਕੋਈ ਹੈ ਨਹੀਂ ਸੀ, ਇਹ ਵੀ ਆਪਣੇ ਦੇਖੇ ਗਏ ਨਹੀਂ ਸੀ। ਹਾਂਜੀ, ਕੀ ਚਾਹੁੰਦੇ ਹੋ? ਮੈਂ ਉਹ ਚਾਹੁੰਦੀ ਮੈਨੂੰ ਹੋਰ ਕਿਸੇ ਗੱਲ ਦਾ ਨਹੀਂ ਪਤਾ ਕੀ ਕਹਿੰਦਾ ਕੀ ਨਹੀਂ ਗੱਲ, ਬਸ ਇਹੀ ਹੈ ਕਿ ਨਸ਼ੇ ਕਰਕੇ ਸ਼ਰਾਬ ਪੀਤੀ ਸੀ, ਜਿਹੜੇ ਪੀਂਦੇ ਤਾਂ ਅੱਗੇ ਵੀ ਸੀਗੇ ਪਰ ਰਾਤੀ ਕਿਹੜੀ ਪੀਤੀ ਉਹਨਾਂ ਨੇ, ਕੱਲ੍ਹ ਰਾਤੀ ਕਿਹੜੀ ਪਰਸੋਂ ਪੀਤੀ, ਬਸ ਐਸੀ ਪੀਤੀ ਉਹਦੇ ਵਿੱਚ ਪਤਾ ਨਹੀਂ ਕਿਹੜੀ ਐਸੀ ਚੀਜ਼ ਮਿਲਾ ਦਿੱਤੀ ਉਹਨਾਂ ਨੇ ਜਿਹਨਾਂ ਕਰਕੇ ਇੰਨੇ ਜਾਣਿਆਂ ਦੀ ਜਾਨ ਚਲੀ ਗਈ। ਤੁਹਾਨੂੰ ਇੱਥੇ ਬੁਲਾਇਆ ਗਿਆ, ਕਿੰਨਾ ਅਧਿਕਾਰੀਆਂ ਨੂੰ ਮਿਲਿਆ? ਅਸੀਂ DC ਸਾਹਿਬ ਨੇ ਗੱਲ ਕੀਤੀ। ਕੀ ਕਿਹਾ ਉਹਨਾਂ ਨੇ? ਉਹ ਕਹਿੰਦੇ ਕਿ ਤੁਹਾਡੀ ਕਾਰਵਾਈ ਜੋ ਵੀ ਆ ਕੀਤੀ ਜਾਏਗੀ, ਤੁਹਾਡੀ ਸਰਕਾਰ ਹੈਲਪ ਕਰੇਗੀ, ਸਭ ਕੁਝ ਤਾਂ ਇਨਸਾਫ ਮਿਲੇਗਾ ਸਭ ਕੁਛ। ਤੁਸੀਂ ਕੀ ਚਾਹੁੰਦੇ ਹੋ? ਅਸੀਂ ਵੀ ਇਹੀ ਚਾਹੁੰਦੇ ਜੋ ਉਹਨਾਂ ਨੇ ਕਿਹਾ ਕਿ ਹਾਂ ਇਨਸਾਫ ਹੱਕ ਨੂੰ ਮਿਲਣਾ ਚਾਹੀਦਾ। ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਬਹੁਤ ਅਫਸੋਸ ਹੈ, ਸਾਨੂੰ ਪਰਿਵਾਰਾਂ ਨਾਲ ਪੂਰੀ ਸਿੰਪਥੀ ਹੈ, ਅਸੀਂ ਆਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਸਮਰੱਥਾ ਦੇਵੇਗਾ ਇਸ ਘਟਨਾ ਨੂੰ ਸੰਭਾਲਣ ਦੀ, ਔਰ ਪ੍ਰਸ਼ਾਸਨ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਤੱਕ ਸਾਡਾ ਇਹੀ ਚੈਲੇਂਜ ਆ ਰਿਹਾ ਸੀਗਾ ਕਿ ਇਹਨਾਂ ਦੇ ਪਰਿਵਾਰ ਦੇ ਮੈਂਬਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਸੀ, ਅਤੇ ਕੱਲ੍ਹ ਜਦੋਂ ਗ੍ਰਿਫਤਾਰੀਆਂ ਹੋਈਆਂ ਨੇ ਉਸ ਤੋਂ ਬਾਅਦ ਕੁਛ ਬੰਦੇ ਸਾਹਮਣੇ ਆਏ ਨੇ, ਉਹ ਕੱਲ੍ਹ ਦੁਪਹਿਰ ਤੱਕ ਤਾਂ ਇਹ ਇਨਫੋਰਮੇਸ਼ਨ ਆ ਰਹੀ ਸੀਗੀ, ਸਾਡੇ ਸਾਰੇ ਅਫਸਰ, ਸੀਨੀਅਰ ਅਫਸਰ ਜਿੱਥੇ ਸੀਗੇ, SSP ਸਾਹਿਬ, ADC ਜਨਰਲ, ਸਾਡੇ SDM, ਫਿਰ ਜੀ ਪਰਿਵਾਰ ਇਸ ਗੱਲ ਨੂੰ ਮੰਨ ਨਹੀਂ ਰਹੇ ਸੀ ਕਿ ਮੌਤ ਜਿਹੜੀ ਇਸ ਕਰਕੇ ਹੋਈ ਹੈ, ਜਦੋਂ ਅਸੀਂ ਕਹਿ ਰਹੇ ਸੀ ਕਿ ਨਹੀਂ ਇਹਦਾ ਕਾਰਨ ਇਹ ਹੈਗਾ। ਹੁਣ ਕਿਉਂ ਗ੍ਰਿਫਤਾਰੀਆਂ ਹੋਈਆਂ ਨੇ, ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ, ਅਤੇ ਲੋਕਾਂ ਦਾ ਹੌਸਲਾ ਬਣਿਆ, ਲੋਕਾਂ ਨੇ ਰਿਪੋਰਟ ਕੀਤੀ ਹੈ, ਸੋ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਅਸੀਂ ਕਹੀ ਹੈ, ਔਰ ਮੈਂ SSP ਸਾਨੂੰ ਇਹ ਵੀ ਰਿਕੁਐਸਟ ਕੀਤੀ ਹੈ ਕਿ ਇਹਨਾਂ ਦੀ ਪ੍ਰੋਪਰਟੀਆਂ, ਇਹਨਾਂ ਦੇ ਜਿਹੜੇ ਫੌਜਦਾਰੀ ਮੁਕੱਦਮੇ ਪੂਰੇ ਗੰਭੀਰ ਜਿਹੜੇ ਹੈਗੇ ਆ ਚਾਰਜਿਸ ਲਗਾਏ ਜਾਣ, ਔਰ ਬੜੀ ਸਾਇੰਟੀਫਿਕ ਇਨਵੈਸਟੀਗੇਸ਼ਨ ਕੀਤੀ ਜਾਵੇ। ਔਰ ਦੂਜੇ ਪਾਸੇ ਜਿਹੜੀ ਸਾਡੇ ਕੋਲ ਇਸ ਵੇਲੇ ਵੀ ਕੋਈ ਭਰਾ ਜੋ ਕੋਈ ਬਿਮਾਰ ਹੈਗੇ ਹੈ, ਜਾਂ ਜਿਹਨੂੰ ਕੋਈ ਡਰ ਵੀ ਹੈਗਾ ਚਾਹੇ ਕੋਵਿਡ ਕਰਕੇ ਜਿਹਦੇ ਕਰਕੇ ਹੈ, ਉਸ ਗੱਲ ਕੇ ਸਾਹਮਣੇ ਆਉਣ, ਸਾਡੀ RRT ਉੱਥੇ ਏਰੀਏ 'ਚ ਹੈਗੀਆਂ ਨੇ, ਐਂਬੂਲੈਂਸ ਵੀ ਅਸੀਂ ਭੇਜ ਸਕਦੇ ਹਾਂ, ਡਾਕਟਰ ਸਾਹਿਬ SMO ਸਾਹਿਬ ਕੱਲ੍ਹ ਵੀ ਉੱਥੇ ਸੀਗੇ, ਅੱਜ ਵੀ ਉੱਥੇ ਡਾਕਟਰੀ ਟੀਮ ਫਿਰ ਸਾਡੀ ਜਾ ਰਹੀਆਂ ਨੇ, ਜੇਕਰ ਅਜੇ ਵੀ ਕੋਈ ਪੇਸ਼ੈਂਟ ਬਿਮਾਰ ਹੈਗਾ ਉਹ ਆਪਣੇ ਬਾਹਰ ਆਵੇ। ਔਰ ਦੂਸਰੀ ਮੈਂ ਇਹ ਰਿਕੁਐਸਟ ਕਰਾਂਗਾ ਕਿ ਜੇ ਕੋਈ ਅਜੇ ਵੀ ਕੋਈ ਬੰਦਾ ਇੱਦਾਂ ਦੀ ਸ਼ਰਾਬ ਲੈ ਕੇ ਨਾ ਪੀਏ, ਔਰ ਜਿਵੇਂ ਸੂਚਨਾ ਕੋਈ ਦੱਸੀ ਹੈ ਤੁਹਾਨੂੰ ਵੀ ਉੱਥੇ ਦਿਖ ਰਹੀ ਹੈ, ਇੱਦਾਂ ਦੀ ਸੂਚਨਾ ਜੋ ਵੀ ਆਉਂਦੀ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਤਾਂ ਬੰਦੇ ਤੁਰੰਤ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕੇ। ਦੇਖੋ ਜੀ, ਕਨਫਰਮ ਅਜੇ ਕੋਈ ਵੀ ਨਹੀਂ ਹੈ, ਕਿਉਂਕਿ ਜਦ ਤੱਕ ਪੁਲਿਸ ਦੀ ਪੜਤਾਲ ਨਹੀਂ ਹੋ ਜਾਂਦੀ, ਜਿਹੜਾ ਤਾਂ ਪੋਸਟਮਾਰਟਮ ਹੋਏ ਨੇ, ਇੱਕ ਪੋਸਟਮਾਰਟਮ ਬਟਾਲਾ ਵਿਖੇ ਹੋਇਆ ਅਤੇ ਇੱਕ ਪੋਸਟਮਾਰਟਮ ਅੰਮ੍ਰਿਤਸਰ ਵਿਖੇ ਹੋਇਆ, ਉਹਨਾਂ ਦਾ ਕੈਮੀਕਲ ਵਿਸਰਾ ਜਿਹੜਾ ਲੈ ਕੇ ਉਹ ਭੇਜਿਆ ਗਿਆ, ਜਿਹੜੀ ਕੈਮੀਕਲ ਵਿਸਰਾ ਰਿਪੋਰਟ ਆਏਗੀ ਉਹਦੇ ਅਨੁਸਾਰ ਆਏਗਾ। ਪਰੰਤੂ ਅਸੀਂ ਇੱਕ ਵਾਰੀ ਮੰਨ ਕੇ ਚੱਲ ਰਹੇ ਹਾਂ ਕਿ ਸਾਰੇ ਜਿਹੜੇ ਸ਼ੱਕੀ ਕੇਸ ਨੇ ਇਹਦੇ ਕਰਕੇ ਹੋਏ ਹੋਣੇ ਆ, ਕਿਉਂਕਿ ਇੱਕਦਮ ਇੰਨੀ ਜ਼ਿਆਦਾ ਇੱਕ ਥਾਂ 'ਤੇ ਮੌਤਾਂ ਹੋਣੀਆਂ, ਕੁਦਰਤੀ ਕਾਰਨਾਂ ਕਰਕੇ ਹੋਣਾ ਬੜਾ ਅਜੀਬ ਲੱਗਦਾ ਹੈਗਾ। ਉਸ ਤੋਂ ਬਾਅਦ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਹੈ, ਜਿਹੜੇ ਬੰਦੇ ਦੇ ਆਪਣੀ ਡੈਥ ਹੋਈ ਹੈ, ਪੁਲਿਸ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਪੂਰੇ ਬਿਆਨ ਲੈ ਕੇ, ਪਲੱਸ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਵਗੈਰਾ ਲੈ ਕੇ ਜੋ ਵੀ ਕਾਰਵਾਈ ਬਣਦੀ ਹੈ ਇਹ ਪੜਤਾਲ ਕਰੇਗੀ, ਜਿਹੜੀ ਕਨਫਰਮ ਹੈ ਉਹਦੇ ਸਾਹਮਣੇ ਆਏਗਾ।
हाल की घड़ी साढ़े अपन मुढ़ रिपोर्टा ने सर 11 बंदे शक्की है जिन्हें डेथ हो गया। देखो जी सरकार वालों बारे बड़ा गंभीरता में विचार किया जा रहा, हो सकता बहुत जल्दी बारे कोई अनाउंसमेंट आ जाए, कोई ना कोई सरकार मदद करेगी, डेफिनेटली करेगी, सरकार का फर्ज बनता है। देखो जी असं मैं तुम दस रहा कि इतने एक टापू है मौजपुर के नेड़े दरिया के उत्तों सैकड़े टन जी नजायज़ शराब फड़ी वो फड़ के डिस्ट्रॉय की है, उन्होंने बंदे गिरफ्तार भी किया गया, कार्रवाई भी हुई है, असी इतने कलंदरे भी किन्ने अपने लाए ने, शोर्टी बॉन्ड भी लाए ने, कार्रवाई बहुत ज़्यादा चल रही है, नैक्सस बहुत बड़ा सीगा, इन्हों काफ़ी ज़्यादा नथ पाई गई है और होर भी पाई जाएगी। एक गल थोड़ी बिल्कुल ठीक है कि जो नजायज़ शराब का नैक्सस सीगा बहुत स्ट्रोंग है, इन्हों तोड़न वास्ते होर कर्म करने की लोड़ है और हीनियस क्राइम है, बड़ी ही सख्त कार्रवाई की जाएगी। असं कल दे ही इस गल के पिछले लगे हुए हैं और गिरफ्तारियां बहुत हुई ने और वो लोग गिरफ्तार किए हैं जो अज तक गिरफ़्तार नहीं हुए, सो उन्होंने गिरफ़्तार किया गया, किसी को कोई बख्शा नहीं जाएगा। कल जो दोपहर के टाइम से गल नोटिस आई इस तरह डैथ हुई ने इस स्पीकर ना, सो इमीडिएटली असी कार्रवाई करते हुए सब तो पहला SHO के बयान पर ही परचा दर्ज किया है। उस परचे के असी जेडे कि काफ़ी बदनाम से इस एरिए केंद्र भी उन्होंने रौला से उन्हों का भी नोटोरियस है लेडीज तो इन्हों फड़ी नहीं पुलिस वो जेब, सो इमीडिएटली आई बुक दैम एंड नाल उन्होंने दो होर ने उन्होंने लड़के और चार बंदे जेडे कल राती बुक करते सी और 304 ते नाल अपना एक्साइज एक्ट लाया है। सो एक बंदा असी अज गिरफ़्तार किया हीरा उमरपुरे का रहने वाला, वो ही उन्होंने एसोसीएट से और कल ही असी पुलिस स्टेशन सेखवा तो 800 बोतल 6 लाख मिलीलीटर जी एसिड लीकर है वह बरामद की है। सो कल तो असी तकरीबन सारे जिले के बड़ा सख्ती दे नाल जड़ा मैं हुक्म देता और सारे SHO बाहर ने रेड कर रहे हैं जिते जिते भी जोड़ा काम होंगे किसी बख्शा नहीं जाऊगा और ये बहुत अफसोस से माड़ी गल है कि इन डैथ हुई ने, सो इनू आप घाटा पूरा तो नहीं कर सकते पर साड़ी जो ड्यूटी आ उसनू पूरी तनदेही निभावे और ये मैं विश्वास दवाना कि नशे का मैं पूरा लक तोड़ के रखा बटाले च। Subscribe to our YouTube channel News DNN by clicking the bell icon. Don't forget to like, comment and share.